ਵੈਲਕਮ ਟੂ ਦੀ ਚੈਨਲ ਸਟੂਡੈਂਟਸ ਸੋ ਜਿਹੜੀਆਂ ਕਿ ਪੀਐਸਐਸ ਬੀ ਦੀਆਂ ਕਲਰਕ ਦੀਆਂ ਜੋ ਵੀ ਵੈਕੈਂਸੀਆਂ ਆਈਆਂ ਸੀਗੀਆਂ ਉਹਨਾਂ ਦੇ ਨਾਲ ਰਿਲੇਟਡ ਇੱਕ ਸੋਧ ਪੱਤਰ ਆਇਆ ਹੈ ਜਿਨ੍ਹਾਂ ਵਿੱਚ ਆਪਾਂ ਨੂੰ ਇਹ ਦੱਸਿਆ ਗਿਆ ਹੈ ਕਿ ਕਲਰਕ ਦੀਆਂ ਜੋ ਕਿ ਪਹਿਲਾਂ ਅਸਾਮੀਆਂ ਆਈਆਂ ਸੀ ਉਹਨਾਂ ਦੇ ਵਿੱਚ ਕੁਝ ਹੋਰ ਅਸਾਮੀਆਂ ਨੂੰ ਉਹਨਾਂ ਵਿੱਚ ਹੀ ਜਾਂ ਕਿ ਇਹਦੇ ਵਿੱਚ ਐਡ ਕੀਤਾ ਗਿਆ ਹੈ ਠੀਕ ਹੈ ਤਾਂ ਉਹ ਆਪਾਂ ਇਸ ਵੀਡੀਓ ਦੇ ਵਿੱਚ ਵੇਖਦੇ ਹਾਂ ਕਿ ਹੋਰ ਇਹਦੇ ਵਿੱਚ ਕਿੰਨੀਆਂ ਅਸਾਮੀਆਂ ਦਾ ਵਾਅਦਾ ਕੀਤਾ ਗਿਆ ਠੀਕ ਹੈ ਤੇ ਸਭ ਤੋਂ ਪਹਿਲੋ ਵੀ ਜਿਹੜਾ ਸੀਗਾ ਆਪਣੇ ਕੋ ਐਡਵਰਟਾਈਜ਼ਮੈਂਟ ਨੰਬਰ 17 ਸੀਗੀ ਜਿਹੜੀ 17 ਨੰਬਰ ਸੀਗੀ ਅ ਜਿਹੜੀ ਐਡਵਰਟਾਈਜ਼ਮੈਂਟ ਉਹਦੇ ਵਿੱਚ ਟੋਟਲ ਇਹ ਆਪਾਂ ਨੂੰ ਵੱਖਰੇ ਵੱਖਰੇ ਡਿਪਾਰਟਮੈਂਟਾਂ ਦੇ ਨਾਮ ਵੀ ਦਿੱਤੇ ਹੋਏ ਆ ਜਿੱਦਾਂ ਕਿ ਰੂਪਨਗਰ ਦੇ ਵਿੱਚ ਆ ਠੀਕ ਆ ਫਿਰ ਮੁਹਾਲੀ ਆ ਲੁਧਿਆਣਾ ਵਾਂ ਤੇ ਆਮ ਰਾਜ ਪ੍ਰਬੰਧ ਵਗੈਰਾ ਵਾ ਇਹਨਾਂ ਸਾਰਿਆਂ ਦੇ ਵਿੱਚ ਰਲਾ ਕੇ ਜੇ ਆਪਾਂ ਦੇਖੀਏ ਟੋਟਲ 263 263 ਹੋਰ ਅਸਾਮੀਆਂ ਐਡ ਕਰ ਦਿੱਤੀਆਂ ਗਈਆਂ ਮਤਲਬ ਕਿ ਬਹੁਤ ਹੀ ਜ਼ਿਆਦਾ ਅਸਾਮੀਆਂ ਵਿੱਚ ਐਡ ਕੀਤੀਆਂ ਗਈਆਂ ਇੱਕ ਹਸਾਬ ਨਾਲ ਆਪਾਂ ਇਹ ਕਹਿ ਸਕਦੇ ਹਾਂ ਠੀਕ ਆ 263 ਅਸਾਮੀਆਂ ਉਹਦੇ ਵਿੱਚ ਐਡ ਕਰ ਦਿੱਤੀਆਂ ਗਈਆਂ ਫਿਰ ਇਸ ਤੋਂ ਬਾਅਦ ਦੇ ਵਿੱਚ ਹੋਰ ਕੁਝਕ ਸੋਧ ਕੀਤੀ ਗਈ ਹੈ ਜਿਹੜੀ ਇਹ ਇਸ ਤੋਂ ਬਾਅਦ ਚ ਉਹ ਵੀ ਉਹਨਾਂ ਨੇ ਅਸਾਮੀਆਂ ਦੀ ਗਿਣਤੀ ਜਿਹੜੀ ਫਿਰ ਹੋਰ ਇਹਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਤੇ ਇਦਾਂ ਹੀ ਆਪਣੇ ਕੋਲ ਜਿਹੜਾ ਹੈ ਕਿ ਉਹ ਇਹਦੇ ਵਿੱਚ 88 ਅਸਾਮੀਆਂ ਇੱਕ ਹੋਰ ਅਲੱਗ ਤੋਂ ਐਡ ਕੀਤੀਆਂ ਗਈਆਂ ਠੀਕ ਆ 88 ਸਾਮੀਆਂ ਵਾਲੀਆਂ ਇੱਕ ਹੋਰ ਅਲੱਗ ਤੋਂ ਐਡ ਕੀਤੀਆਂ ਗਈਆਂ ਇਦਾਂ ਹੀ ਫਿਰ ਜਿਹੜੀ ਐਡਵਰਟਾਈਜ਼ਮੈਂਟ ਨੰਬਰ 18 ਵਾਂ ਠੀਕ ਹੈ ਜਿਹਦੇ ਵਿੱਚ ਰੱਖਣੇ ਸੀਗੇ ਵੀ ਆਪਣੇ ਕੋਲ ਕਲਰਕ ਆਈਟੀ ਠੀਕ ਆ ਉਹਦੇ ਵਿੱਚ ਵੀ ਟੋਟਲ ਜੇ ਆਪਾਂ ਦੇਖੀਏ ਤੇ ਇਹਨਾਂ ਨੇ 28 28 ਇੱਕ ਤੇ 21 ਠੀਕ ਆ 30 ਕਸਾਮੀਆਂ ਜਿਹੜੀਆਂ ਵਾਂ ਐਡ ਕੀਤੀਆਂ 28 ਸਾਮੀਆਂ ਵੀ ਜਿਹੜੇ ਰੱਖਣੇ ਸੀ ਐਡਵਰਟਾਈਜ਼ਮੈਂਟ ਨੰਬਰ 19 ਸੀਗੀ ਕਲਰਕ ਲੈ ਏਖਾ ਦੀ ਉਹਦੇ ਵਿੱਚ 28 ਹੋਰ ਭਰਤੀ ਕੀਤੇ ਗਏ ਆ ਠੀਕ ਆ ਸੋ ਇਹ ਅਸਾਮੀਆਂ ਵੀ ਉਹਨਾਂ ਦੇ ਵਿੱਚ ਟੋਟਲ ਆ ਜਿਹੜੀਆਂ ਵੀ ਐਡ ਹੋਈਆਂ ਵਾ ਇਹ ਤੁਸੀਂ ਇੱਥੋਂ ਧਿਆਨ ਦੇ ਨਾਲ ਵੇਖ ਸਕਦੇ ਆ ਠੀਕ ਆ ਤੇ ਇਹਦੇ ਨਾਲ ਵੀ ਮਤਲਬ ਇਹ ਜਿਹੜਾ ਇਹਦਾ ਪੇਪਰ ਹੋਣ ਜਾ ਰਿਹਾ ਸੀਗਾ ਆਪਣਾ 11 ਦਸੰਬਰ ਨੂੰ ਸ਼ਾਇਦ ਹੋਣ ਜਾ ਰਿਹਾ ਸੀਗਾ ਤੁਸੀਂ ਉਹਦੇ ਲਈ ਚੰਗੀ ਤਰ੍ਹਾਂ ਜੋੜ ਲਾਓ ਕਿਉਂਕਿ ਅਸਾਮੀਆਂ ਹੋਰ ਹੋਊਗੀਆਂ ਵਾ ਤੇ ਆਪਣੇ ਸਿਲੈਕਸ਼ਨ ਦੇ ਚਾਂਸ ਇਹਦੇ ਨਾਲ ਫਿਰ ਹੋਰ ਜ਼ਿਆਦਾ ਹੋ ਜਾਂਦੇ ਆ ਸੋ ਇਸ ਜਾਣਕਾਰੀ ਨੂੰ ਆਪਣੇ ਸਭੀ ਤੇ ਤੁਸੀਂ ਆਪਣੇ ਸਾਰੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ ਥਿਸ ਵੀਡੀਓ